ਹੁਣ ਤੇ ਦਰਬਾਰ ਸਾਹਿਬ ਜਾਣ ਵਾਲੇ ਰੂਹਾਨੀਅਤ ਦੇ ਇਸ ਕੇਂਦਰ ਦੀ ਖੂਬਸੂਰਤੀ ਨੂੰ ਤਸਵੀਰਾਂ 'ਚ ਕੈਦ ਨਹੀਂ ਕਰ ਸਕਣਗੇ ਕਿਉਂਕਿ ਸ੍ਰੀ ਦਰਬਾਰ ਸਾਹਿਬ 'ਚ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਜੀ ਹਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ 'ਚ ਤਸਵੀਰਾਂ ਲੈਣ 'ਤੇ ਬੈਨ ਲਗਾ ਦਿੱਤਾ ਹੈ, ਜਿਸ 'ਤੇ ਸੰਗਤ ਨੇ ਰਲਿਆ ਮਿਲਿਆ ਹੁੰਗਾਰਾ ਦਿੱਤਾ ਹੈ। ਧਾਰਮਿਕ ਸਥਾਨਾਂ ਤੇ ਫੋਟੋਗ੍ਰਾਫੀ ਦਾ ਕਰੇਜ਼ ਦਿਨ ਬਾ ਦਿਨ ਵੱਧਦਾ ਜਾ ਰਿਹਾ ਹੈ। ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਵੀ ਲਗਾਤਾਰ ਵਾਇਰਲ ਹੋ ਰਹੀਆਂ ਨੇ, ਪਰ ਕਈ ਵਾਰ ਇਹਨਾਂ ਧਾਰਮਿਕ ਸਥਾਨਾਂ ਤੇ ਸੰਗਤ ਅਜਿਹੀ ਤਸਵੀਰਾਂ ਵੀ ਖਿੱਚ ਲੈਂਦੀ ਹੈ ਜਿਹੜੀਆਂ ਸਿੱਖ ਮਰਿਆਦਾ ਦੇ ਵਿਰੁੱਧ ਨੇ। ਇਸ ਨੂੰ ਦੇਖਦਿਆਂ ਹੋਇਆ SGPC ਨੇ ਸ੍ਰੀ ਦਰਬਾਰ ਸਾਹਿਬ 'ਚ ਫੋਟੋਗ੍ਰਾਫੀ ਤੇ ਵੀਡੀਓਗ੍ਰਾਫੀ ਤੇ ਰੋਕ ਲਗਾ ਦਿੱਤੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਲਏ ਗਏ ਇਸ ਫੈਸਲੇ ਮੁਤਾਬਕ ਸੰਗਤ ਨੂੰ ਦਰਬਾਰ ਸਾਹਿਬ ਦੇ ਚੌਗਿਰਦੇ ਤੇ ਪ੍ਰਕਰਮਾ ਦੇ ਆਲੇ ਦੁਆਲੇ ਤਸਵੀਰਾਂ ਲੈਣ ਦੀ ਮਨਾਹੀ ਹੋਵੇਗੀ। ਹਾਲਾਂਕਿ ਮੀਡੀਆ ਲਈ ਉਹਨਾਂ ਵਿਸ਼ੇਸ਼ 2 ਸਥਾਨ ਤੈਅ ਕੀਤੇ ਜਾਣ ਦੀ ਗੱਲ ਆਖੀ ਹੈ। ਸੰਗਤ ਨੂੰ ਨਵੇਂ ਨਿਯਮਾਂ ਬਾਰੇ ਜਾਣੂ ਕਰਵਾਉਣ ਲਈ ਪ੍ਰਕਿਰਮਾ 'ਚ ਬਕਾਇਦਾ 3 ਭਾਸ਼ਾਵਾਂ 'ਚ ਬੋਰਡ ਵੀ ਲਾਏ ਗਏ ਨੇ। ਸੰਗਤਾਂ ਨੂੰ ਫੋਟੋਗ੍ਰਾਫੀ ਕਰਨ ਵਾਲਿਆਂ ਵਾਸਤੇ ਰੁਕਾਵਟ ਵੀ ਆਉਂਦੀ ਸੀ। ਸੰਗਤ ਜਿਹੜੀ ਸੀ ਉਹ ਅਧਿਆਤਮਿਕ ਤੌਰ 'ਤੇ ਉਹ ਸਕੂਨ ਪ੍ਰਾਪਤ ਨਹੀਂ ਕਰ ਸਕਦੀ। ਬਹੁਤ ਸਾਰੀਆਂ ਸਾਨੂੰ ਇਹਦੀਆਂ ਇਸ ਸੰਬੰਧ ਦੇ ਵਿੱਚ ਸ਼ਿਕਾਇਤਾਂ ਮਿਲੀਆਂ ਸੀ। ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਪ੍ਰਕਰਮਾ ਦੇ ਵਿੱਚ ਕੁਝ ਇਹ ਬੋਰਡ ਲਾ ਕੇ ਕਿ ਰੂਹਾਨੀਅਤ ਦੇ ਕੇਂਦਰ ਵਿੱਚ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ਮਨਾ ਵਾ, ਬਹੁਤ ਵਧੀਆ ਕਾਰਜ ਕੀਤਾ ਵਾ। ਇਸ ਦੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਜਿਹੜਾ ਪ੍ਰਕਰਮਾ ਦਾ ਅਨੁਸ਼ਾਸਨ ਆ, ਜਿਹੜੀ ਮਰਜ਼ਾਦਾ ਵਾ, ਜਿਹੜੀ ਪਰੰਪਰਾ ਵਾ ਸਾਡੀ, ਉਹ ਬਹਾਲ ਰਹੇਗੀ। ਮੀਡੀਆ ਤੋਂ ਬਿਨਾਂ ਚੱਲਿਆ ਨਹੀਂ ਜਾ ਸਕਦਾ। ਅਸੀਂ ਮੀਡੀਏ ਨੂੰ, ਪੱਤਰਕਾਰਾਂ ਨੂੰ ਵੀਡੀਓਗ੍ਰਾਫੀ ਲਈ, ਫੋਟੋਗ੍ਰਾਫੀ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਕਰਮਾ 'ਚ 2 ਸਥਾਨ ਅਜਿਹੇ ਦੇਵਾਂਗੇ ਜਿੱਥੇ ਉਹਨਾਂ ਨੂੰ ਫੋਟੋਗ੍ਰਾਫੀ ਕਰਨ ਅਤੇ ਵੀਡੀਓਗ੍ਰਾਫੀ ਕਰਨ ਦੀ ਸਹੂਲਤ ਹੋਵੇਗੀ। ਉਹ VVIP ਜਿਹੜੀ ਕਵਰੇਜ ਵੀ ਕਰ ਸਕਣਗੇ ਅਤੇ ਆਪਣੀ ਲੋੜ ਅਨੁਸਾਰ ਆਪਣਾ ਕਾਰਜ ਕਰ ਸਕਣਗੇ। SGPC ਦੇ ਇਸ ਫੈਸਲੇ 'ਤੇ ਸੰਗਤ ਨੇ ਵੱਖ ਵੱਖ ਰਾਏ ਰੱਖੀ ਹੈ। ਕੁਝ ਲੋਕਾਂ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ, ਜਦਕਿ ਕੁਝ ਨੇ ਵਿਰੋਧ। ਦਰਸ਼ਨ ਕਰਨ ਆ ਰਹੀ ਸੰਗਤ ਆ, ਉਹਨੂੰ ਦਰਸ਼ਨ ਕਰਨ ਵਾਸਤੇ ਆਉਣਾ ਚਾਹੀਦਾ, ਨਾ ਕਿ ਮੋਬਾਈਲ ਦੇ ਵਿੱਚ ਫੋਟੋ ਖਿੱਚਣੀ ਚਾਹੀਦੀ ਆ, ਨਾ ਕਿ ਹੋਰ ਕਿਸੇ ਚੀਜ਼ ਵਿੱਚ ਫੋਟੋ ਖਿੱਚਣ ਤੋਂ। ਬਹੁਤ ਚੰਗਾ ਕੀਤਾ ਹੈ ਜੋ ਮਨ੍ਹਾ ਕੀਤਾ, ਇਹ ਬਹੁਤ ਹੀ ਵਧੀਆ ਕੰਮ ਕਰ ਰਿਹਾ ਹੈ। ਜਿਹਦੇ ਅਕੋਰਡਿੰਗ ਇਹ ਗੱਲਾਂ ਵੀ ਫੋਟੋਆਂ ਚਾਹੀਦੀਆਂ, ਕਿਉਂਕਿ ਆਪਾਂ ਜਾ ਕੇ ਹੋਰ ਜਨਰੇਸ਼ਨ ਨੂੰ, ਆਪਣੀ ਨਵੀਂ ਨੂੰ ਦਿਖਾਉਂਦੇ ਹਾਂ ਜਾਂ ਬੱਚਿਆਂ ਨੂੰ ਦਿਖਾਉਂਦੇ ਹਾਂ, ਉਹਦੇ ਨਾਲ ਉਹ ਪ੍ਰੇਰਿਤ ਹੁੰਦੇ ਆ, ਤਾਂ ਵੱਧ ਤੋਂ ਵੱਧ ਇੱਥੇ ਆਉਣਗੇ, ਆਪਾਂ ਘਰੇ ਵੀ ਲਾ ਸਕਦੇ ਹਾਂ ਫੋਟੋਆਂ ਯਾਦਗਾਰੀ ਚੀਜ਼ਾਂ 'ਚ। ਮੈਂ ਇੰਨਾ ਕਹਿਣਾ ਚਾਹੁੰਦਾ, ਇਹ ਬੁਰੀ ਬਾਤ ਹੀ ਹੈ ਕਿਉਂਕਿ ਹਮ ਲੋਕ ਇਤਨੀ ਦੂਰ ਸੇ ਆਏ ਹੈ ਔਰ ਅਗਰ ਕਲੈਕਟ ਹੀ ਨਹੀਂ ਕਰ ਪਾਏਂਗੇ ਫੋਟੋਜ਼, ਤਾਂ ਉਹ ਹਮਾਰੇ ਉਸ ਪਰ ਸਹੀ ਨਹੀਂ ਰਹੇਗਾ। ਘਰ ਵਾਲੋ ਕੋ ਵੀ ਭੇਜਣੀ ਹੋਤੀ ਹੈ, ਉਨਕੋ ਵੀ ਦੇਖਣਾ, ਵੋ ਆ ਨਹੀਂ ਪਾਏ ਤੋ ਐਟਲੀਸਟ ਉਨਕੋ ਫੋਟੋਜ਼ ਸੈਂਡ ਕਰ ਸਕਤੇ ਥੇ। ਹਮ ਲੋਗ ਇਤਨੀ ਦੂਰ ਸੇ ਆਏ ਹੈ ਯਹਾਂ ਪੇ ਔਰ ਫੋਟੋਜ਼ ਵੀ ਨਹੀਂ ਕਲਿੱਕ ਕਰਦੇ, ਤੋ ਕਹੀਂ ਨਾ ਕਹੀਂ ਬਹੁਤ ਬੁਰਾ ਹੋਆ। ਸੂਤਰਾਂ ਮੁਤਾਬਕ ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ 'ਚ ਕੁਝ ਦਿਨ ਪਹਿਲਾਂ ਪ੍ਰੇਮੀ ਜੋੜਿਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ, ਜਿਸ ਨੂੰ ਦੇਖਦੇ ਹੋਏ SGPC ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਮਰਿਆਦਾ ਬਰਕਰਾਰ ਰੱਖਣ ਦੇ ਮੰਤਵ ਨਾਲ ਇਹ ਫੈਸਲਾ ਲਿਆ। ਅੰਮ੍ਰਿਤਸਰ ਤੋਂ ਗੁਰਪ੍ਰੀਤ ਸਿੰਘ ਦੇ ਨਾਲ ਨਿਊਜ਼ ਡੈਸਕ ਰਿਪੋਰਟ, ਜਸ ਪੰਜਾਬੀ।